ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਉਪਕਾਰਤੀ ਸਿੰਘ ਵਿੱਚ। ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ, ਜਿਹਦੇ ਵਿੱਚ ਦੱਸਾਂਗੇ ਜੋ ਵਰਕਰ ਰਜਿਸਟ੍ਰੇਸ਼ਨ ਹੁੰਦੀ ਆ ਉਹ ਫਾਰਮ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਦੇਵਾਂਗੇ। ਜੇ ਜਾਣਕਾਰੀ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਕਰਦੇ ਹਾਂ ਵੀਡੀਓ ਸ਼ੁਰੂ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ, ਉਹ ਤੋਂ ਤੁਸੀਂ ਆ ਪਹਿਲਾਂ ਵਰਕਰ ਡਿਪਾਰਟਮੈਂਟ ਡਿਪਾਰਟਮੈਂਟ ਆਫ ਲੇਬਰ ਵਰਕਰ ਰਜਿਸਟ੍ਰੇਸ਼ਨ ਫੋਰਮ ਡਾਊਨਲੋਡ ਕਰ ਲੈਣਾ। ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਥੱਲੇ ਇੱਕ ਫੋਰਮ ਮਿਲੇਗਾ, ਥੋੜ੍ਹਾ ਥੱਲੇ ਕਰਕੇ। ਹਾਂਜੀ, ਆਹ ਫੋਰਮ ਨੰਬਰ ਹੈਗਾ ਵਾ 29, ਜਿਹੜਾ ਨੋਮੀਨੇਸ਼ਨ ਫੋਰਮ ਹੈ। ਇੱਥੇ ਪਹਿਲਾਂ ਨੋਮੀਨੇਸ਼ਨ ਦਾ ਨਾਮ ਐਡਰੈਸ ਪਾ ਕੇ, ਠੀਕ ਹੈ ਜੀ, ਰਿਲੇਸ਼ਨਸ਼ਿਪ ਉਹਨਾਂ ਦੇ ਮੈਂਬਰ ਨਾਲ ਕੀ ਆ, ਏਜ ਆਫ ਨੋਮੀਨੇਸ਼ਨ, ਠੀਕ ਹੈ ਜੀ, ਇਹ ਪਾ ਕੇ ਅਤੇ ਇੱਥੇ ਉਹਦੇ ਸਾਈਨ ਨੇਮ ਅਤੇ ਐਡਰੈਸ ਲਿਖਿਆ ਜਾਣਾ, ਠੀਕ ਹੈ ਜੀ। ਇਹ ਆਪਣਾ ਫਸਟ ਪੇਜ 'ਤੇ ਅਪਲੋਡ ਹੋਵੇਗਾ, ਠੀਕ ਹੈ। ਆਪਾਂ ਸੈਕਿੰਡ ਨੰਬਰ ਪੇਜ 'ਤੇ ਆਉਂਦੇ ਹਾਂ ਅਤੇ ਇਹ ਹੈ ਫੋਰਮ ਨੰਬਰ 29, ਠੀਕ ਹੈ ਜੀ, ਜਿਹੜਾ ਆਪਣੇ ਗਾਹ ਆਪਣੇ ਪੇਜ ਵਿੱਚ ਐਡ ਹੋਊਗਾ। ਇਹ ਫੋਰਮ 'ਤੇ ਕੋਈ ਰਜਿਸਟਰ ਠੇਕੇਦਾਰ, ਜੇ ਰਜਿਸਟਰ ਠੇਕੇਦਾਰ ਨਹੀਂ ਲੱਭਦਾ ਤਾਂ ਉਹਦੇ ਜਗ੍ਹਾ ਆਪਾਂ ਸਭ ਤੋਂ ਪਹਿਲਾਂ ਇਹ ਸਾਰਾ ਫਿਲ ਕਰਕੇ ਸਰਪੰਚ ਦੀ ਮੋਹਰ ਲਵਾ ਲੈਣੀ ਹੈ। ਸਰਪੰਚ ਦੀ ਮੋਹਰ ਲਾਉਣ ਤੋਂ ਬਾਅਦ ਵੀਡੀਓ 'ਤੇ ਜਾ ਕੇ ਆਪਾਂ ਨੂੰ ਫੋਰਮ 'ਤੇ ਆਪਾਂ ਨੂੰ ਸਟੈਂਪ ਲਵਾਉਣੀ ਪਵੇਗੀ, ਫਿਰ ਇਹ ਆਪਣੇ ਫੋਰਮ ਚਾਲੂ ਕਰਨਗੇ। ਫਾਰਮ ਪੰਜਾਬੀ ਵਿੱਚ ਚਾਹੀਦੇ ਹੋਵੇ ਤਾਂ ਪੰਜਾਬੀ ਵਿੱਚ ਵੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ, ਇਹ ਦੋਵੇਂ ਫਾਰਮ ਪੰਜਾਬੀ ਵਿੱਚ ਵੀ ਹੈ, ਠੀਕ ਹੈ। ਜੇ ਤੁਸੀਂ ਪੰਜਾਬੀ ਵਿੱਚ ਡਾਊਨਲੋਡ ਕਰਨਾ ਚਾਹੋ ਤਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ